ਬਣਾਇਆ ਪੂਰਾ ਵੇਖੋ ਇੱਕ ਸਮਾਨਾ ਇਸ ਪਰਪੰਚ ਮਨ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਹੁਕਮਾਨਾ ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਕਰਨ ਕਾਰਨ ਪਤਿਤ ਪਾਵਨ ਭਗਤ ਵਚਨ ਕਿਰਪਾ ਨਿਧਾਨ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਛਤਰ ਛਾਇਆ ਹੇਠ ਸੁਭਾਈਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਸਤ ਸੰਗਤ ਜੀਓ ਅਹੋ ਭਾਗ ਖੁਸ਼ਕਿਸਮਤੀ ਜੋ ਕਿ ਅੱਜ ਦੇ ਵਿਸ਼ੇਸ਼ ਦੀਵਾਨਾਂ ਵਿੱਚ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ ਵਿਸਾਖੀ ਸੰਬੰਧ ਵਿੱਚ ਆਪਾਂ ਸਾਰਿਆਂ ਨੇ ਗੁਰੂ ਚਰਨਾਂ 'ਚ ਹਾਜ਼ਰੀਆਂ ਭਰੀਆਂ ਨੇ ਅਤੇ ਅੰਤਲਾ ਸ਼ਬਦ ਜੋ ਆਪ ਜੀਆਂ ਨੇ ਸਰਵਣ ਕੀਤਾ ਹੈ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਗਿਆਨੀ ਜਸਵੰਤ ਸਿੰਘ ਜੀ ਹੋਰਾਂ ਨੂੰ ਜਦੋਂ ਮਿਲੇ ਹੋਣੇ ਆਉਣ ਲੱਗਿਆ ਪ੍ਰੋਗਰਾਮ ਤੋਂ ਪਹਿਲਾਂ ਅਤੇ ਬੜਾ ਸੋਹਣਾ ਇਹਨਾਂ ਨੇ ਇਸਦਾ ਮੰਤਵ ਦੱਸਿਆ ਕਿ ਕਿਉਂ ਉਹਨਾਂ ਨੇ ਕਿਹਾ ਸੀ ਵੀ ਪੜ੍ਹਨਾ ਹੈ ਇਹ ਮੰਥਲੀ ਥੀਮ ਚੱਲਦੀ ਹੈ ਔਰ ਪ੍ਰਚਾਰ ਦਾ ਅਤੇ ਗੁਰਬਾਣੀ ਸਿਧਾਂਤ ਨਾਲ ਜੁੜਨ ਦਾ ਇਹ ਮੈਨੂੰ ਵੀ ਇੱਕ ਨਵਾਂ ਉਪਰਾਲਾ ਮਿਲਿਆ ਕਿਉਂਕਿ ਬਹੁਤ ਉਪਰਾਲੇ ਹੁੰਦੇ ਨੇ ਲੇਕਿਨ ਮੰਥਲੀ ਇੱਕ ਥੀਮ ਲੈ ਕੇ ਚੱਲਣਾ ਕਿ ਆਪਾਂ ਇਸ ਚੀਜ਼ ਨੂੰ ਅਪਣਾ ਕੇ ਰੱਖਣਾ ਸੰਜੋਗ ਵਸ ਮਹੀਨੇ ਦਾ ਆਖਰੀ ਦਿਨ ਹੈ ਯਾਨੀ ਇਸ ਸ਼ਬਦ ਨਾਲ ਆਪਾਂ ਅੱਜ ਜੁੜਨਾ ਜ਼ਰੂਰ ਹੈ ਪਿਛਲੇ ਪੂਰੇ ਮਹੀਨੇ ਇਹ ਸ਼ਬਦ ਜ਼ਰੂਰ ਸੁਣਿਆ ਹੋਏਗਾ ਆਪ ਜੀ ਅਤੇ ਮਨ ਇਤਨਾ ਕੋ ਪ੍ਰਭਾਵਿਤ ਹੋਇਆ ਮੇਰਾ ਮਨ ਬਣਿਆ ਕਿ ਵਿਸਾਖੀ ਨਾਲ ਹੀ ਅਟੈਚ ਕਰਕੇ ਇਸੇ ਸਿਧਾਂਤ ਨੂੰ ਲੈਣਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਇਸ ਸਿਧਾਂਤ ਨੂੰ ਆਪਣੇ ਜੀਵਨ 'ਚ ਕਮਾਇਆ ਸੀ ਸੁਣ ਸੁਣ ਜੀਵਾਂ ਤੇਰੀ ਬਾਣੀ ਹਕੀਕਤ ਸੀ ਉਹਨਾਂ ਦੇ ਲਈ ਆਓ ਇਸੇ ਸੰਬੰਧ ਵਿੱਚ ਵਿਚਾਰ ਆਰੰਭ ਕਰੀਏ ਵੱਲੋਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ ਪਾਤਸ਼ਾਹ ਜੀ ਦਾ ਬੁਲੰਦ ਕੀਤਾ ਨਾਰਾ ਸਾਰੇ ਆਪਣੀ ਰਸਨਾ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਵਿੱਚ ਰਸ ਹੈ ਇਹ ਸਾਰੇ ਜਾਣਦੇ ਕੇਵਲ ਨਾਨਕ ਨਾਮ ਲੇਵਾ ਹੀ ਨਹੀਂ ਇਹ ਨਾਨਕ ਨਾਮ ਲੇਵਾ ਲਫ਼ਜ਼ ਮੈਂ ਇਸ ਲਈ ਵਰਤਿਆ ਕਿਉਂਕਿ ਗੁਰਬਾਣੀ ਦੇ ਪ੍ਰਤੀ ਪਿਆਰ ਸਿੱਖਾਂ ਦੇ ਮਨ ਵਿੱਚ ਤਾਂ ਹੈ ਹੀ ਅਤੇ ਨਾਨਕ ਨਾਮ ਲੇਵਾ ਤੋਂ ਭਾਵ ਜਿਹੜਾ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਜਾਣਦਾ ਕਿਉਂਕਿ ਜਿਹੜਾ ਬਾਣੀ ਪੜ੍ਹੇਗਾ ਬਾਣੀ ਭਾਵੇਂ ਗੁਰੂ ਅੰਗਦ ਸਾਹਿਬ ਜੀ ਦੀ ਹੋਵੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੋਵੇ ਉਹ ਗੁਰੂ ਨਾਨਕ ਸਾਹਿਬ ਦੇ ਨਾਮ ਕਰਕੇ ਹੀ ਜਾਣੀ ਜਾਏਗੀ ਮੋਹਰ ਮਹਾਰਾਜ ਦੀ ਅਤੇ ਪੂਰੀ ਦੁਨੀਆ ਜਦੋਂ ਇਹ ਕਹਿੰਦੀ ਹੈ ਬਾਣੀ ਕਹਿੰਦੀ ਹੈ ਅਤੇ ਗੁਰੂ ਨਾਨਕ ਸਾਹਿਬ ਦਾ ਨਾਮ ਆਉਂਦਾ ਇਸ ਲਈ ਸਿਧਾਂਤਕ ਰੂਪ ਵਿੱਚ ਜੋ ਵੀ ਨਾਨਕ ਨਾਮ ਲੇਵਾ ਹੈ ਇਸ ਬਾਣੀ ਦੇ ਪ੍ਰਭਾਵ ਨੂੰ ਆਪਣੇ ਦਿਲ ਵਿੱਚ ਮਹਿਸੂਸ ਕਰਦਾ ਹੈ ਕਿਉਂਕਿ ਜਦੋਂ ਇਹ ਬੋਲ ਸੁਣੇ ਜਾਂਦੇ ਬੜੇ ਪ੍ਰਭਾਵੀ ਹੁੰਦੇ ਬਹੁਤ ਪ੍ਰਭਾਵੀ ਇਤਨੇ ਜ਼ਿਆਦਾ ਪ੍ਰਭਾਵਸ਼ਾਲੀ ਬੋਲ ਨੇ ਇਹ ਕਿ ਇੱਕ ਇੱਕ ਸ਼ਬਦ ਨੇ ਕਈਆਂ ਦੀ ਜ਼ਿੰਦਗੀ ਪਲਟ ਦਿੱਤੀ ਹੈ ਇੱਕ ਇੱਕ ਸ਼ਬਦ ਨੇ ਇੱਕ ਸ਼ਬਦ ਗੁਰੂ ਸਾਹਿਬ ਦੇ ਉਸਤਾਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਸਤਾਦ ਪੰਡਿਤ ਗੋਪਾਲ ਦਾਸ ਜੀ ਨੇ ਸੁਣਿਆ ਅਤੇ ਉਹਨਾਂ ਦਾ ਜੀਵਨ ਬਦਲ ਗਿਆ ਮਹਾਰਾਜ ਨੂੰ ਉਹ ਲੇਖਾ ਪੜ੍ਹਾਉਣ ਲੱਗੇ ਸਨ ਅਤੇ ਲੇਖੇ ਦੀ ਪੜ੍ਹਾਈ ਕਰਨ ਲੱਗਿਆਂ ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਉਹਨਾਂ ਨੂੰ ਲੇਖਾ ਦੱਸਿਆ ਅਤੇ ਉਹ ਬੜੇ ਹੈਰਾਨ ਹੋ ਗਏ
कि यह भी इतने लिखा होता है। एक शब्द महाराज दे फारसी दे उस्ताद कुतुबद्दीन जी उन्होंने सुनिया, उन्होंने जीवन बदल गया। एक शब्द, एक ही शब्द सज्जन ठग ने सुनिया, उनका पूरा जीवन तब्दील हो गया। इसे तरह अगे गल चलती इतिहास में, तो धन गुरु अमरदास पातशाह जी ने बीबी अमरो जी को एक शब्द सुनिया, तो गुरु अंगद साहब जी की शरण में आ गए। बेअंत ऐसिया उदाहरण ने, क्योंकि इतिहासिक पक्ष में मैं आवांगा तो बहुत विस्तार हो जाना है, तो समय की एक सीमा होती है, उसके दायरे च भी रहना। एक एक शब्द ने प्रभाव पा दिता, और बाणी भी यह कहती है कि जिहदे मन उत्ते बाणी का प्रभाव आवे उहदी अवस्था यह बन जाती है कि सुन सुन जीवां तेरी बाणी। बाणी सुन के ही अपने जीवन नू जीवन मनना, वरना मौत प्रतीत होवे। अगर बाणी नहीं सुनाई दे रही तो मौत प्रतीत होवे। इहनूं हुण विसाखी नाल जोड़ लिया, भाव गुरु गोबिंद सिंह महाराज ने इसनों किस तरह अपने जीवन में अपनाया है, बाणी के प्रति उन्होंने मन अंदर कितना को प्यार से, जिवें हुण दीवान सजे है ना, इस तरह दुनिया च बेअंत दीवान सजदे ने। 5 तरीक तो 8 तरीक तक भी विशेष पूरे मलेशिया की संगत के सहयोग नाल दीवान सजने ने, 14-15 दे भी दीवान सजणगे कई थावां उत्ते पूरे वर्ल्ड विच। लेकिन मैं गल करन लगा उस दीवान की, जिहड़ा हुण तक दे दुनिया का सब तो महंगा दीवान है। ये महंगा मैं इसलिए कह रहा क्योंकि प्रबंधक सज्जन जिहड़े ने दीवान तो बाद एक बजट तैयार करते हैं, इतना खर्चा इस दीवान पर हो गया, इन्ना लंगर का खर्च होया, इन्ना रागी प्रचारकों पर खर्च होया, इन्ना होर प्रोग्रामों पर खर्च होया, होर कई इवेंट्स किए उहदे विच इतना खर्च हो गया। उस सारा हिसाब लाउंदे ने वी यार कम साथ कीते, इन्ना खर्चा बनिया, हजारां दा, लखां दा, करोड़ां दा, बहुत खर्चा होंदा। लेकिन हुण तक का इतिहास का सब तो महंगा दीवान जिहड़ा उहदी मैं आप सामने चर्चा करनी है, वह बाणी नाल संबंधित सी, सुन सुन जीवां तेरी बाणी। जिक्र चलता है इतिहास का, 7 महीने आनंदपुर साहब नूं घेरा पए नूं हो गए सन, ते कई वार ना लोग सोचते ने 7 महीनों तो जिहड़ी जगह घेरी होवे उह जित्ती क्यों ना गई। अज भी अगर कोई आनंदपुर नूं घेरा पाए ना, कोई माई दा लाल आनंदपुर जित नहीं सकता, भावें किसी तरीके नाल घेरा पा दे, वह बनी है इस तरह। मेरा उत्थे बचपन बीतिया है, तो मैंने उत्थे चप्पे चप्पे का पता है भी किस पास्यों किस तरह किलेबंदी हो सकती, किस तरह घेराबंदी हो सकती है। और खास करके एक शहर तो यहो जहा है कीरतपुर साहब, और पूरे का पूरा शहर 2 नहरां नाल घिरिया होया है, 2 पुल तोड़ दे अंदर कोई दाखिल ही नहीं हो सकता। बाकमाल रचना है। एवें भाई नंद लाल जी ने नहीं आख्या कि हक हक आगाह गुरु गोबिंद सिंह शाह है, शहनशाह गुरु गोबिंद सिंह। एक शहनशाह वो होंदा है जिहदी रियासत के अंदर उहदी मर्जी तो बिना कोई दाखल ना हो सके। ये गल वक्री कि उन्होंने अन्न रोक दिता अंदर ना जाए, पैसा रोक दिता अंदर ना जाए, मुसीबत जरूर हुई हैं, पर हिम्मत इन्हें इन्नी नहीं उन्हां दी पई कि आनंदपुर जित लैण। उहदा कारण की, एक पासे किला आनंदगढ़, अगर इन रोपड़ वालों जाओ पहाड़ी राजे अगर जंगल वालों हमला करना चाहन तो किला तारागढ़, नैणा देवी वाले पासों अगर कोई हमला कर आना चाहे तो किला फतेहगढ़, गढ़ शंकर वालों कोई आना चाहे तो उत्थे किला गोलगढ़, एक ही इलाका रह गया सरसा पार करके बड़ी मुश्किल के नाल डुबदा ढहिंदा भिजदा कोई आ जाए चढ़ के, तो फिर किला सब तो मजबूत किला लोहगढ़ जिते हथियार बनते सन। एक एक किले च की होंदा सी, खैर यह भी प्रकरण मैं अर्ज करा तो फिर बहुत लंबा समा बन जाना, इसलिए 7 महीने का घेरा पिया रहा लेकिन जित नहीं सके आनंदपुर साहब में। 22 धर के पहाड़ी राजे मिल के उधरों जबरदस्त खान की फौज लगी हुई है, लाहौर वाले पास्यों की फौज आई है, इधरों सरहद वाले पास्यों वजीर खान की फौज आई है, 22 धर के पहाड़ी राजिया ने पहाड़िया पास्यों हमला किया होया है, इधर एक पासे सरसा, चारे पास्यों घिरे हुए।
ਪਰ ਮਜ਼ਬੂਤੀ ਵੇਖੋ, ਕਿਲੇਬੰਦੀ ਵੇਖੋ, ਧੰਨ ਕਲਗੀਧਰ ਪਾਤਸ਼ਾਹ ਉਹਨਾਂ ਦੀ ਵਿਉਂਤ ਬੰਦੀ ਐਵੇਂ ਤੈਨੂੰ ਦਿੱਲੀ ਦਾ ਤਖ਼ਤ ਹਿੱਲ ਗਿਆ। ਔਰੰਗਜ਼ੇਬ ਨੂੰ ਡਰ ਕਾਹਦਾ ਸੀ ਵੀ ਐਡੀ ਤਗੜੀ ਰਿਆਸਤ ਕਾਇਮ ਕਰ ਲਈ ਥੋੜ੍ਹੇ ਜਿਹੇ ਸਿੰਘ ਲੈ ਕੇ। ਪਰ ਪ੍ਰਕਰਨ ਨਾ ਬਦਲੇ, ਉੱਥੇ 7 ਮਹੀਨਾ ਘੇਰਾ ਪੈਣ ਤੋਂ ਬਾਅਦ ਮਹਾਰਾਜ ਨੇ ਅਨੰਦਪੁਰੀ ਛੱਡੀ, ਅਨੰਦਪੁਰ ਛੱਡਿਆ ਅਤੇ ਉਸ ਤੋਂ ਬਾਅਦ ਸਰਸਾ ਦੇ ਨੇੜੇ ਪਹੁੰਚੇ ਨੇ, ਅਜੇ ਪਾਰ ਨਹੀਂ ਕੀਤੇ। ਰਾਤ ਪੈ ਗਈ, ਰਾਤੀ ਉੱਥੇ ਵਿਸ਼ਰਾਮ ਕੀਤਾ ਅਤੇ ਜਿਸ ਵੇਲੇ ਰਾਤੀ ਵਿਸ਼ਰਾਮ ਕੀਤਾ ਅੰਮ੍ਰਿਤ ਵੇਲਾ ਹੋਇਆ ਅਤੇ ਪਿੱਛੋਂ ਦੁਸ਼ਮਣਾਂ ਨੇ ਹਮਲਾ ਕੀਤਾ ਹੋਇਆ ਅਤੇ ਇੱਧਰ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਆਸਾ ਕੀ ਵਾਰ ਦਾ ਸਮਾਂ ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਦੀਵਾਨ ਸਜਾਓ। ਜਿਹੜੇ ਜ਼ਿਕਰ ਸ਼ੁਰੂਆਤ 'ਚ ਕੀਤਾ ਸੀ ਨਾ, ਸਭ ਤੋਂ ਮਹਿੰਗਾ ਦੀਵਾਨ, ਉਹ ਸਭ ਤੋਂ ਮਹਿੰਗਾ ਕਿਉਂ ਹੈ? ਮਹਾਰਾਜ ਕਹਿੰਦੇ ਨੇ ਦੀਵਾਨ ਸਜਾਓ ਅਤੇ ਸਿੱਖ ਕਹਿੰਦੇ ਪਾਤਸ਼ਾਹ ਜੀ ਪਿੱਛੇ ਦੁਸ਼ਮਣ ਚੜਿਆ ਆ ਰਹੇ ਆ, ਤੀਰਾਂ ਦੀ ਬੁਛਾਰ, ਗੋਲੀਆਂ ਦੀ ਬੁਛਾਰ, ਫਿਰ ਆਪਾਂ ਦੀਵਾਨ ਸਜਾਵਾਂਗੇ, ਬਾਣੀ ਪੜ੍ਹਦੇ ਹਾਂ, ਸਾਨੂੰ ਭੱਜਣਾ ਪਵੇਗਾ, ਉੱਠ ਕੇ ਜਾਣਾ ਪਏਗਾ, ਲੜਨਾ ਪਏਗਾ। ਕਹਿਣਗੇ ਕੁਛ ਸਿੰਘ ਲਗਾ ਦਿਓ ਪਹਿਰੇ ਦੇ ਉੱਤੇ, ਉਹ ਦੁਸ਼ਮਣਾਂ ਨੂੰ ਰੋਕਣ। ਮਹਾਰਾਜ 10 ਲੱਖ ਫੌਜ ਪਿੱਛੇ, ਕਹਿੰਦੇ ਕੋਈ ਗੱਲ ਨਹੀਂ। ਅਤੇ ਉਸ ਸਮੇਂ ਸੈਨਾਪਤੀ ਸਨ ਭਾਈ ਆਲਮ ਸਿੰਘ ਜੀ, ਇਹਨਾਂ ਦੇ ਨਾਲ ਹੀ ਇਹਨਾਂ ਦੇ ਭਰਾ ਭਾਈ ਉਦੈ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਇਹ ਕਈ ਭਰਾ ਸਨ ਅਤੇ ਸਾਰੇ ਦੇ ਸਾਰੇ ਹੀ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਜੂਝਦੇ ਹੋਏ ਸ਼ਹੀਦ ਹੋਏ। ਭਾਈ ਆਲਮ ਸਿੰਘ ਜੀ ਨੇ ਕਮਾਨ ਸੰਭਾਲੀ ਸੈਨਾਪਤੀ ਹੋਣ ਦੇ ਨਾਤੇ, ਇਹਨਾਂ ਦਾ ਫਰਜ਼ ਬਣਦਾ ਸੀ ਅਤੇ ਆਪਣੇ ਪਿਤਾ ਦੇ ਮਨ ਅੰਦਰ ਬਾਣੀ ਦਾ ਇਹ ਵਲਵਲਾ ਜਾਗਦਿਆਂ ਵੇਖ ਕੇ ਕਿਹਾ ਵੀ ਮੇਰੇ ਪਿਤਾ ਨੇ ਬਾਣੀ ਪੜ੍ਹਨੀ ਹੈ, ਵਿਘਨ ਨਾ ਪਵੇ। ਸਾਹਿਬਜ਼ਾਦਾ ਅਜੀਤ ਸਿੰਘ ਵੀ ਨਾਲ ਗਏ ਦੁਸ਼ਮਣਾਂ ਨੂੰ ਰੋਕਣ ਵਾਸਤੇ ਅਤੇ ਬਹੁਤ ਵਿਧੀਵਤ ਉਹਨਾਂ ਨੇ ਪੂਰੇ ਤਰ੍ਹਾਂ ਧਿਆਨ ਦੇ ਨਾਲ ਇੱਕ ਐਸੇ ਉਪਰਾਲੇ ਵਿੱਚ ਵੈਰੀਆਂ ਨੂੰ ਰੋਕਿਆ ਕਿ ਦੁਸ਼ਮਣ ਅੱਗੇ ਨਾ ਆਵੇ। ਹਰ ਤਰੀਕਾ ਅਪਣਾਇਆ ਹੈ ਕਿਸੇ ਤਰੀਕੇ ਵਿੱਚ ਵੀ ਦੁਸ਼ਮਣ ਦੇ ਜੋ ਵਾਰ ਨੇ ਨਾ, ਉਹ ਅੱਗੇ ਤੱਕ ਨਾ ਆ ਸਕਣ ਜਿੱਥੇ ਦੀਵਾਨ ਸਜਿਆ। ਅਤੇ ਉਹ ਸਜੇ ਦੀਵਾਨ ਵਿੱਚ ਉੱਥੇ ਹੀ ਭਾਈ ਆਲਮ ਸਿੰਘ ਜੀ ਸ਼ਹੀਦ ਹੋਏ। ਉਹਨਾਂ ਦੇ ਨਾਲ ਤਕਰੀਬਨ 20 ਤੋਂ 22 ਇਤਿਹਾਸ ਨੇ ਲਿਖੇ ਨੇ, ਉਹ ਸਿੰਘ ਸ਼ਹੀਦ ਹੋਏ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਘੇਰੇ ਵਿੱਚ ਆ ਗਏ ਸਨ। ਉਹਨਾਂ ਨੂੰ ਬਚਾ ਕੇ ਭਾਈ ਉਦੈ ਸਿੰਘ ਜੀ ਲੈ ਕਰਕੇ ਆਏ, ਉਹ ਘੇਰਾ ਤੋੜ ਕਰਕੇ। ਅਤੇ ਇਸ ਤਰੀਕੇ ਵਿੱਚ ਉੱਥੇ ਜਿਤਨੀਆਂ ਸ਼ਹਾਦਤਾਂ ਹੋਈਆਂ ਨੇ, ਉਹ ਸਭ ਤੋਂ ਮਹਿੰਗਾ ਦੀਵਾਨ ਹੈ। ਉਸ ਦੀਵਾਨ ਦੀ ਸੰਪੂਰਨਤਾ ਵਾਸਤੇ ਸਿੱਖ ਕੌਮ ਦੇ ਸੈਨਾਪਤੀ ਦਸ਼ਮੇਸ਼ ਪਿਤਾ ਦੇ ਵੱਡੇ ਸਾਹਿਬਜ਼ਾਦੇ ਨੇ ਆਪ ਮੁਸੀਬਤ ਵਿੱਚ ਆਪਣੇ ਆਪ ਨੂੰ ਪਾਇਆ, ਔਰ ਬਹੁਤ ਸਾਰੇ ਬੇਅੰਤ ਸਿੱਖਾਂ ਦੀ ਸ਼ਹਾਦਤਾਂ ਹੋਈਆਂ ਨੇ, ਜਿੱਥੇ ਇੱਕ ਆਸਾ ਕੀ ਵਾਰ ਦੇ ਦੀਵਾਨ ਨੂੰ ਸੰਪੂਰਨ ਕਰਨ ਵਾਸਤੇ ਮਹਾਰਾਜ ਨੇ ਬਹੁਤ ਸਾਰੇ ਸਿੱਖਾਂ ਦੀ ਕੁਰਬਾਨੀ ਵੀ ਮਨਜ਼ੂਰ ਕਰ ਲਈ, ਪਰ ਆਸਾ ਦੀ ਵਾਰ ਸੁਣਨ ਦੀ ਇੱਛਾ ਪੂਰੀ ਕੀਤੀ। ਕਿਉਂ? ਮਨ ਵਿੱਚ ਇੱਕ ਭਾਵਨਾ ਸੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਪਿੱਛੇ ਵੈਰੀ ਚੜਿਆ ਆ ਰਿਹਾ, ਬੰਦੇ ਨੂੰ ਥੋੜ੍ਹੀ ਟੈਨਸ਼ਨ ਹੋਵੇ ਨਾ, ਜ਼ਰਾ ਜਿੰਨੀ ਟੈਨਸ਼ਨ, ਥੋੜ੍ਹੀ ਜਿਹੀ ਚਿੰਤਾ, ਅਤੇ ਕਹਿੰਦੇ ਛੱਡ ਪਰਾਂ, 2 ਦਿਨ ਨਿਤਨੇਮ ਨਹੀਂ ਹੋਏਗਾ ਫਿਰ ਕਿਹੜਾ ਪਹਾੜ ਟੁੱਟ ਪੈਣਾ। ਦੇਖੋ ਅਨੰਦਪੁਰ ਛੱਡ ਕੇ ਆਏ ਨੇ, ਔਰ ਉਸ ਤੋਂ ਬਾਅਦ ਇਹ ਵੀ ਨਹੀਂ ਪਤਾ ਪਰਿਵਾਰ ਕਿੱਥੇ ਜਾ ਕੇ ਮਿਲੇਗਾ, ਰਹਾਂਗੇ ਕਿੱਥੇ, ਖਾਵਾਂਗੇ ਕਿੱਥੇ, ਕੀ ਕੁਝ ਕਰਨਾ ਹੈ ਕੀ ਨਹੀਂ ਕਰਨਾ, ਕੋਈ ਪਲੈਨਿੰਗ ਨਹੀਂ ਹੈ ਅੱਗੇ ਜਾਣ ਦੀ। ਚਿੰਤਾਵਾਂ ਹੀ ਚਿੰਤਾਵਾਂ ਨੇ, ਸਮੱਸਿਆਵਾਂ ਹੀ ਸਮੱਸਿਆਵਾਂ ਹਨ, ਪਰ ਫਿਰ ਵੀ ਪਾਤਸ਼ਾਹ ਦੇ ਮਨ ਅੰਦਰ ਬਾਣੀ ਦੇ ਪ੍ਰਤੀ ਇੰਨਾ ਪਿਆਰ, ਕਹਿੰਦੇ ਨੇ ਦੀਵਾਨ ਸਜਾਓ, ਆਸਾ ਦੀ ਵਾਰ ਸੁਣਨੀ ਹੈ। ਇਹ ਅਵਸਥਾ ਹੁੰਦੀ ਹੈ ਬਾਣੀ ਦੀ, ਜਿਹਦੇ ਮਨ ਅੰਦਰ ਬਾਣੀ ਦੇ ਪ੍ਰਤੀ ਇੰਨਾ ਪਿਆਰ ਹੋਵੇ, ਔਰ ਉਹ ਪਿਆਰ ਅਸੀਂ ਵੀ ਪੈਦਾ ਕਰ ਸਕਦੇ ਹਾਂ, ਬਸ ਸਾਨੂੰ ਇੰਨੀ ਕੁ ਕੋਸ਼ਿਸ਼ ਕਰਨੀ ਪਏਗੀ ਇਸ ਬਾਣੀ ਨੂੰ ਅਸੀਂ ਉਸ ਪਿਆਰ ਵਿੱਚ ਪੜ੍ਹੀਏ। ਬੜੇ ਅਮੋਲਕ ਬਚਨ ਨੇ, ਅਗਰ ਬਾਣੀ ਨੂੰ ਹੂ ਬਹੂ ਉਸੇ ਰੂਪ ਵਿੱਚ ਅਪਣਾਇਆ ਜਾਏ ਤਾਂ ਸਾਡੇ ਮਨ ਅੰਦਰ ਉਹ ਪਿਆਰ ਪੈਦਾ ਕਰਦੀ ਹੈ। ਬਸ ਹਾਂ ਕਿ ਉਸ ਅੰਦਾਜ਼ ਵਿੱਚ ਜਿਵੇਂ ਮਹਾਰਾਜ ਨੇ ਇਹਨੂੰ ਉਸ ਵਿੱਚ ਲਿਖਿਆ ਹੈ ਨਾ, ਕੁਝ ਬਚਨ ਹੈ ਨਹੀਂ ਐਸੇ ਜੋ ਉਸ ਰੂਪ ਵਿੱਚ ਅਗਰ ਪੜ੍ਹੇ ਜਾਣ ਔਰ ਸੁਣੇ ਜਾਣ ਤਾਂ ਮਨ ਬਣ ਸਕਦਾ ਹੈ ਕਿ ਮਨਾ ਨਹੀਂ ਬਾਣੀ ਸੁਣਨੀ ਹੈ। ਇਹਦੇ 'ਚ ਰਸ ਹੀ ਬੜਾ ਹੈ, ਆਨੰਦ ਹੀ ਬੜਾ ਹੈ। ਐਵੇਂ ਤੇਰੀ ਮਹਾਰਾਜ ਨੇ ਬਾਣੀ 'ਚ ਲਿਖਿਆ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਪਰ ਕਿਵੇਂ ਸੁਣਿਆ ਜਾਵੇ। ਸਤਿਗੁਰ ਪਾਤਸ਼ਾਹ ਦਾ ਇੱਕ ਪਾਵਨ ਬਚਨ ਹੈ, ਕਮਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੈ ਦਹੀਂ ਭਾਤ ਖਾਹੇ ਜੀਓ। ਇੱਕ ਬਿੱਤ
ਤੇ ਕਵਿਤ ਨੂੰ ਪੜ੍ਹਨ ਦਾ ਅੰਦਾਜ਼ ਇਹੀ ਹੈ, ਇਹਦੀ ਚਾਲ ਇਸੇ ਰੂਪ ਵਿੱਚ ਰਹਿੰਦੀ। ਹਾਲਾਂਕਿ ਮੇਰਾ ਗਲਾ ਮੇਰਾ ਸਾਥ ਨਹੀਂ ਦੇ ਰਿਹਾ, ਇਸ ਲਈ ਮਾਫ਼ੀ ਚਾਹੁੰਦਾ, ਪਰ ਮੈਂ ਕੋਸ਼ਿਸ਼ ਕਰਦਾ, ਚਾਲ ਇਹੀ ਹੈ। ਹੋਰ ਕਿਸੇ ਦਾ ਸੁਰੀਲਾ ਕੰਠ ਹੋਵੇ, ਉਹ ਬਹੁਤ ਸੋਹਣਾ ਇਹਨੂੰ ਪੜ੍ਹ ਸਕਦੇ ਨੇ। ਤੇ ਮਹਾਰਾਜ ਨੇ ਇਸ ਰੂਪ ਵਿੱਚ ਲਿਖਿਆ, ਅਗਰ ਇਸ ਰੂਪ ਵਿੱਚ ਇਹਨੂੰ ਪੜ੍ਹਿਆ ਜਾਏ ਤੇ ਮਨ ਬਣਦਾ ਹੈ ਕਿ ਹਾਂ ਇਹਨੂੰ ਸੁਣਿਆ ਜਾਵੇ, ਅੰਮ੍ਰਿਤ ਹੈ ਇਹਦੇ ਵਿੱਚ, ਇਹਦੇ ਚ ਆਨੰਦ ਹੈ। ਕਮਲ ਨੈਣ ਮਧੁਰ ਬਹਿਨ ਕੋਟ ਸੈਨ ਸੰਗ ਸੋਭ ਕਹਿਤ ਮਾਂ ਜਸੋਦ ਜਿਸੈ ਦਹੀਂ ਭਾਤ ਖਾਹਿ ਜੀਉ ਦੇਖ ਰੂਪ ਅਤ ਅਨੂਪ ਮੋਹ ਮਹਾ ਮਗ ਭਈ ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹਿ ਜੀਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੈ ਈਸ ਬ੍ਰਹਮ ਗਿਆਨ ਧਿਆਨ ਧਰਤ ਹੀ ਹੈ ਚਾਹਿ ਜੀਉ ਸਤਿ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ 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 ਵਾਹਿ ਜੀਉ। ਇਹ ਪ੍ਰਭਾਵ ਅਗਰ ਇਸ ਅੰਦਾਜ਼ ਵਿੱਚ ਕਿਤੇ ਬਾਣੀ ਪੜ੍ਹੀ ਜਾਏ ਤੇ ਜੋ ਬਾਣੀ ਨੂੰ ਪੜ੍ਹਨ ਦਾ ਤਰੀਕਾ ਹੈ, ਅਸੀਂ ਕੁਝ ਚੀਜ਼ਾਂ ਵਿੱਚ ਐਸੀਆਂ ਵਿੱਚ ਫਸ ਗਏ ਜਿਨ੍ਹਾਂ ਦੇ ਕਾਰਨ ਕਰਕੇ ਬਾਣੀ ਤੋਂ ਸਾਡਾ ਆਪਣੇ ਆਪ ਵੀ ਮਨ ਉਸ ਰੂਪ ਵਿੱਚ ਹੋ ਗਿਆ। ਅਸੀਂ ਬਣਾ ਲਈਆਂ ਪਰੰਪਰਾਵਾਂ, ਵਿਆਹ ਆਇਆ ਅਖੰਡ ਪਾਠ ਕਰਾਓ, ਤਿੰਨ ਦਿਨ 'ਚ ਪੜ੍ਹ ਕੇ ਜਾਣ ਪਾਠੀ ਸਿੰਘ ਹੁਣ ਉਹਨਾਂ ਨੇ ਕੀ ਪੜ੍ਹਿਆ ਕੀ ਅਸੀਂ ਸੁਣਿਆ ਕੋਈ ਪਤਾ ਨਹੀਂ ਹੈ। ਸਹਿਜ ਪਾਠ ਹੋਵੇ ਤੇ ਸਹਿਜ ਸਹਿਣਾਂਗੇ ਵੀ ਔਰ ਸਹਿਜ ਸਹਿਜ ਉਹਨੂੰ ਸੁਣਾਂਗੇ। ਜੇ ਸੁਣਾਂਗੇ ਫਿਰ ਹੀ ਤੇ ਉਹਦੇ ਪ੍ਰਤੀ ਪਿਆਰ ਬਣੇਗਾ ਨਾ। ਚੰਦ ਕੁ ਪਰੰਪਰਾਗਤ ਸ਼ਬਦ ਨੇ, ਜਨਮ ਦਿਨ ਹੋਵੇ ਤੇ ਪੂਤਾ ਮਾਤਾ ਕੀ ਆਸ਼ੀਸ਼ ਲੱਖ ਖੁਸ਼ੀਆਂ ਪਾਤਸ਼ਾਹੀਆਂ ਮੌਤ ਹੋ ਜਾਏ ਤੇ ਬਾਬਾ ਬੋਲਤੇ ਤੇ ਕਹਾਂ ਗਏ ਤੇ ਕਿਸ ਨਾਲ ਕੀਚੈ ਦੋਸਤੀ, ਬਸ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ ਅਸੀਂ ਸੋਚਦੇ ਹਾਂ ਵੀ ਇਤਨੀ ਕੁ ਬਾਣੀ ਹੋਵੇ। ਕੁਝ ਐਸੇ ਐਸੇ ਬਚਨ ਵੀ ਨੇ ਜਿਹੜੇ ਸਾਡੇ ਮਨਾਂ ਵਿੱਚ ਆਪਣੇ ਆਪ ਹੀ ਰਸ ਪੈਦਾ ਕਰਦੇ ਨੇ, ਇੱਛਾ ਪੈਦਾ ਕਰਦੇ ਨੇ, ਸੁਣੀਏ ਤੇ ਸਹੀ ਬਾਣੀ ਵਿੱਚ ਕੀ ਲਿਖਿਆ ਹੋਇਆ। ਬੜਾ ਪਿਆਰਾ ਇੱਕ ਬਚਨ ਹੈ ਜਿਹਦੇ 'ਚ ਇਤਨੀ ਕੁ ਮਹਾਨਤਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਸ਼ਬਦ ਵਿੱਚ ਆਪਣੀਆਂ ਦੋ ਲਾਈਨਾਂ ਲਿਖਣ ਤੋਂ ਨਹੀਂ ਰਹਿ ਸਕੇ। ਲਿਖਿਆ ਉਹਨਾਂ ਨੇ ਸਿਰਲੇਖ ਇਸ ਤਰ੍ਹਾਂ ਦਾ, ਗੌੜੀ ਕਬੀਰ ਜੀ ਨਾਲ ਰਲਾਏ ਲਿਖਿਆ ਮਹਿਲਾ ਪੰਜਵਾਂ, ਤੇ ਸ਼ਬਦ ਸ਼ੁਰੂ ਹੁੰਦਾ ਹੈ ਐਸੋ ਅਚਰਜ ਦੇਖਿਓ ਕਬੀਰ ਤਦ ਕਹਿ ਭੋਲੇ ਬਿਰੋਲੇ ਨੀਰ। ਜਦੋਂ ਬੰਦਾ ਪੜ੍ਹੇਗਾ ਨਾ ਇਹਨੂੰ ਤੇ ਸੋਚੇਗਾ ਹਾਂ ਇਹਦਾ ਅਰਥ ਕੀ ਬਣਦਾ, ਇਹਦੇ ਭਾਵ ਕੀ ਨੇ, ਇਹਦੇ ਵਿੱਚ ਜੋ ਅੰਮ੍ਰਿਤ ਛੁਪਿਆ ਹੈ ਉਹ ਆਪਣੇ ਆਪ ਸਾਨੂੰ ਖਿੱਚੇਗਾ ਕਿ ਇਹਦੇ 'ਚ ਕੁਝ ਤੇ ਸਾਡੇ ਜੀਵਨ ਲਈ ਹੋਵੇਗਾ। ਐਸੋ ਅਚਰਜ ਦੇਖਿਓ ਕਬੀਰ ਤਦ ਕਹਿ ਭੋਲੇ ਬਿਰੋਲੇ ਨੀਰ ਹਰੀ ਅੰਗੂਰੀ ਗਧਾ ਚਰੈ ਨਿਤ ਉਠਾਸੈ ਹੀ ਗਹਿ ਮਰੈ ਮਾਤਾ ਭੈਂਸਾ ਅਮੂਹਾ ਜਾਏ ਕੁਦ ਕੁਦ ਚਰੈ ਰਸਾਤਲ ਪਾਏ ਕਹੋ ਕਬੀਰ ਪ੍ਰਗਟ ਪਈ ਖੇਡ ਲੇਲੇ ਕੋ ਚੁੰਗੈ ਨਿਤ ਭੇਡ। ਇੱਥੋਂ ਤੱਕ ਕਬੀਰ ਜੀ ਦਾ ਸ਼ਬਦ। ਅਗਲੀਆਂ ਦੋ ਪੰਕਤੀਆਂ ਨੇ ਰਾਮ ਰਮਤ ਮਤ ਪ੍ਰਗਟੀ ਆਈ ਕਹੋ ਕਬੀਰ ਗੁਰ ਸੋਚੀ ਪਾਈ। ਇਹ ਪੰਜਵੇਂ ਪਾਤਸ਼ਾਹ ਦੀ ਪੰਕਤੀ ਹੈ ਕਬੀਰ ਜੀ ਦੇ ਨਾਮ ਦਾ। ਇਹਦੇ 'ਚ ਹੈ ਸਵਾਲ, ਮਨ ਦੀ ਇੱਕ ਅਵਸਥਾ ਹੈ ਕਿ ਮਨ ਪੁੱਠੇ ਪਾਸੇ ਚੱਲ ਪਿਆ ਸੀ ਤੇ ਉਹ ਜਿਹੜਾ ਪੁੱਠੇ ਪਾਸੇ ਮਨ ਚੱਲ ਪਿਆ ਉਸ ਮਨ ਨੇ ਵਾਪਸ ਆਪਣੀ ਅਵਸਥਾ ਵਿੱਚ ਆਪਣੇ ਆਪ ਨੂੰ ਲਿਆਂਦਾ। ਪਹਿਲੋਂ ਮਨ ਉਲਟ ਚੱਲ ਰਿਹਾ ਸੀ, ਮਨ ਗਲਤ ਪਾਸੇ ਚੱਲ ਰਿਹਾ ਸੀ ਤੇ ਜੋ ਸਾਡੀ ਬੁੱਧੀ ਹੈ ਇਹ ਵੀ ਮਨ ਪਿੱਛੇ ਚੱਲ ਪਈ ਸੀ। ਲੇਲੇ ਕੋ ਚੁੰਗੇ ਨਿਤ ਭੇਟ ਤੋਂ ਭਾਵ ਲੇਲਾ ਇੱਥੇ ਮਨ, ਭੇਟ ਸਾਡੀ ਬੁੱਧੀ ਤੇ ਬੁੱਧੀ ਅਕਲ ਮਤ ਇਹ ਹਮੇਸ਼ਾ ਸਹੀ ਕਵੇਗੀ ਜੋ ਵੀ ਕਹੇਗੀ। ਅੰਮ੍ਰਿਤ ਵੇਲਾ ਹੋ ਜਾਏ, ਜਾਗ ਖੁੱਲ ਜਾਏ, ਨੀਂਦ ਖੁੱਲ ਜਾਵੇ ਤੇ ਬੁੱਧੀ ਕੀ ਕਹੇਗੀ, ਉੱਠ ਜਾ ਅੰਮ੍ਰਿਤ ਵੇਲਾ ਹੋ ਗਿਆ ਪਾਠ ਕਰ। ਮਨ ਕੀ ਕਹੇਗਾ, ਪਿਆਰ 10 ਮਿੰਟ ਹੋਰ, ਕੀ ਫਰਕ ਪੈਂਦਾ 10 ਮਿੰਟ ਲੇਟ ਸਹੀ, ਫਿਰ ਕੀ ਫਰਕ ਪੈਂਦਾ। ਇਹ ਮਨ ਕਹੇਗਾ ਤੇ ਬੁੱਧੀ ਉਹਦੇ ਪਿੱਛੇ ਚੱਲ ਪੈਂਦੀ ਹੈ, ਚਲੋ ਕੋਈ ਗੱਲ ਨਹੀਂ, ਬਸ ਇਹ ਉਲਟੀ ਚੀਜ਼ ਹੈ। ਇੱਥੋਂ ਹੀ ਜੀਵਨ ਵਿੱਚ ਵਿਗਾੜ ਪੈਦਾ ਹੁੰਦਾ ਹੈ। ਬਾਣੀ ਅੰਦਰ ਇਤਨੇ ਕੁ ਅਮੋਲਕ ਸਿਧਾਂਤ ਦਿੱਤੇ ਗਏ ਸਨ ਤੇ ਇਹੋ ਮਨ ਦੀ ਪਲਟਣ ਦੀ ਅਵਸਥਾ ਬਾਣੀ ਦਾ ਇੱਕ ਹੋਰ ਬੜਾ ਪਿਆਰਾ ਸ਼ਬਦ ਹੈ, ਬਚਨ ਉਹ ਵੀ ਕਬੀਰ ਸਾਹਿਬ ਜੀ ਦਾ ਹੀ ਹੈ। ਫੀਲ ਰਬਾਬੀ ਬਲਦ ਪਖਾਵਚ ਕਊਆ ਤਾਲ ਵਜਾਵੈ ਪਹਿਰ ਚੋਲਨਾ ਗਧਾ ਨਾਚੈ ਭੈਂਸਾ ਭਗਤ ਕਰਾਵੈ ਰਾਜਾ ਰਾਮ ਕਕਰੀ ਆਮਰੇ ਪਕਾਏ ਕਿਨੈ ਪੂਜਨ ਹਾਰੇ ਖਾਏ। ਇਹ ਵੀ ਇਸ ਮਨ ਦੀ ਖੇਡ ਬਾਰੇ ਕਿ ਜੋ ਮਨ ਫੀਲ ਹਾਥੀ ਦੀ ਤਰ੍ਹਾਂ ਬਣ ਗਿਆ ਸੀ ਉਹ ਰਬਾਬੀ ਹੋ ਗਿਆ ਹੈ, ਟਿਕ ਗਿਆ ਉਹ ਮਨ। ਹੁਣ ਮਨ ਦੀ ਅਵਸਥਾ ਉਹ ਨਹੀਂ ਰਹੀ ਕਿ ਉਹਨੇ ਉਜਾੜ ਪਾਉਣਾ ਜੰਗਲ ਦੇ ਵਿੱਚ, ਜੀਵਨ ਨੂੰ ਉਜਾੜਨਾ, ਹੁਣ ਮਨ ਟਿਕ ਗਿਆ।
ਇਹੋ ਜਿਹੇ ਅਮੋਲਕ ਬਚਨ ਜਦੋਂ ਕਿਤੇ ਬਾਣੀ ਦੇ ਅਸੀਂ ਪੜ੍ਹਾਂਗੇ ਮਨ ਆਪਣੇ ਆਪ ਕਰੇਗਾ ਕਿ ਇਸ ਬਾਣੀ ਦੇ ਨਾਲ ਜੁੜੀਏ। ਖੈਰ ਇਸ ਬਾਣੀ ਅੰਦਰ ਕਿਤੇ ਕਾਵਿ ਰਚਨਾ ਦੀ ਗੱਲ ਸੀ। ਕਲਗੀਧਰ ਪਾਤਸ਼ਾਹ ਜੀ ਜਿਸ ਵੇਲੇ ਪਾਉਂਟਾ ਸਾਹਿਬ ਵਿਖੇ ਸਨ ਅਤੇ ਜਿਹੜੇ ਜਿਹੜੇ ਤੁਹਾਡੇ 'ਚੋਂ ਪਾਉਂਟਾ ਸਾਹਿਬ ਗਏ ਨੇ, ਯਮੁਨਾ ਦੇ ਕਿਨਾਰੇ ਕੁਝ ਪੌੜੀਆਂ ਨੇ, ਸੀੜੀਆਂ ਸਟੈਪ ਨੇ, ਉਹਦੇ ਸਾਹਮਣੇ ਠੀਕ ਪੁੰਨਿਆ ਵਾਲੀ ਰਾਤ ਨੂੰ ਇੱਕ ਮੇਲਾ ਲੱਗਦਾ। ਉਹਦੇ ਵਿੱਚ ਸਾਰੇ ਕਵੀ ਆਉਂਦੇ ਨੇ ਅਤੇ ਇਤਿਹਾਸ ਜਿਨ੍ਹਾਂ ਨੇ ਪੜ੍ਹਿਆ, ਮਹਾਰਾਜ ਕੋਲ 52 ਕਵੀ ਰਹਿੰਦੇ ਸਨ, 52 ਕਵੀ। ਅਤੇ ਮੈਂ ਲਖਨਊ ਤੋਂ ਆਇਆ ਅਤੇ ਕਵੀ ਸ਼ਾਇਰ ਬੜੇ ਪਰਮਾਰ ਹੈ, ਬੜੇ ਜ਼ਿਆਦਾ ਨੇ ਲੋਕ ਉੱਥੋਂ, ਅਤੇ ਕਵੀ ਹੋਣ ਸ਼ਾਇਰ ਹੋਣ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਵਾਲੇ ਨਹੀਂ ਲਾਈਕ ਕਰਦੇ। ਇਹਨਾਂ ਨੇ ਥੋੜ੍ਹੀ ਦੇਰ ਬਾਅਦ ਕਹਿਣਾ ਅਰਜ਼ ਕੀਆ, ਸੁਣੋ ਹੁਣ ਇਹਨਾਂ ਦੀ ਗੱਲ, ਘੜੀ ਘੜੀ ਬਾਅਦ ਥੋੜ੍ਹੀ ਥੋੜ੍ਹੀ ਦੇਰ ਬਾਅਦ ਕੁਝ ਨਾ ਕੁਝ ਸੁਣਾਈ ਜਾਣਗੇ, ਵਿਚਾਰੇ ਬੋਰ ਹੋ ਜਾਂਦੇ। ਕਵੀਆਂ ਨੂੰ ਬਰਦਾਸ਼ਤ ਕਰਨਾ ਆਸਾਨ ਨਹੀਂ, ਪਰ ਜਿਹਦੀ ਸੁਰਤ ਉੱਚੀ ਹੋਵੇ, ਜਿਹਦੀ ਸੋਚ ਉੱਚੀ ਹੋਵੇ, ਜਿਹਦਾ ਮਨ ਖੇਡਾਂ ਤੋਂ, ਅਡੰਬਰਾਂ ਤੋਂ, ਫਿਲਮਾਂ ਤੋਂ, ਨਾਟਕਾਂ ਤੋਂ, ਸੀਰੀਅਲਾਂ ਤੋਂ ਹਟ ਚੁੱਕਾ ਹੋਵੇ, ਸੱਚ ਜੋ ਸੁਣਨਾ ਚਾਹੁੰਦਾ ਹੋਵੇ, ਦੁਨੀਆ ਦੀ ਬਾਰੀਕੀ ਨੂੰ ਜੋ ਸਮਝਣਾ ਚਾਹੁੰਦਾ ਹੋਵੇ, ਉਹ ਬੰਦਾ ਕਵੀਆਂ ਨਾਲ ਜੁੜਦਾ ਹੈ, ਕਿਉਂਕਿ ਕਵੀ ਬੜੀ ਬਾਰੀਕ ਗੱਲ ਕਰਦੇ ਨੇ। ਮੈਂ ਕਵੀ ਦਾ ਵਚਨ ਪੜ੍ਹਾਂ, ਏਕ ਬਾਤ ਹੈ ਅਟਪਟੀ, ਝਟਪਟ ਲਖੀ ਨਾ ਜਾਏ, ਝਟਪਟ ਤੋਂ ਤਬ ਹੀ ਲਖ ਹੈ ਜੋ ਮਨ ਕੀ ਖਟਪਟੀ ਜਾਏ। ਦੋ ਲਾਈਨਾਂ ਨੇ ਇਸ ਵਿੱਚ, ਪਰ ਇਹਨਾਂ ਦੋ ਲਾਈਨਾਂ ਵਿੱਚ ਪੂਰੇ ਜੀਵਨ ਦੀ, ਪਰਮਾਤਮਾ ਦੀ, ਸੰਸਾਰ ਦੀ, ਦੁਨੀਆ ਦੀ ਹਰ ਗੱਲ ਆ ਗਈ ਹੈ। ਇਹਨੂੰ ਤੁਸੀਂ ਕਿਸੇ ਤਰ੍ਹਾਂ ਵੀ ਅਰਥ ਕਰ ਲਓ, ਏਕ ਬਾਤ ਹੈ ਅਟਪਟੀ, ਮਨ ਨੂੰ ਰੱਬ ਨੂੰ ਪਾਉਣਾ, ਬੜੀ ਅਟਪਟੀ ਗੱਲ ਹੈ, ਸੌਖਾ ਥੋੜ੍ਹੀ, ਆਸਾਨ ਨਹੀਂ ਹੈ ਰੱਬ ਨੂੰ ਪ੍ਰਾਪਤ ਕਰਨਾ। ਏਕ ਬਾਤ ਹੈ ਅਟਪਟੀ, ਝਟਪਟ ਲਖੀ ਨਾ ਜਾਏ, ਇਹ ਛੇਤੀ ਨਹੀਂ ਪਤਾ ਲੱਗਦਾ ਵੀ ਰੱਬ ਕਿਵੇਂ ਪ੍ਰਾਪਤ ਹੋਏਗਾ, ਲੇਕਿਨ ਝਟਪਟ ਤੋਂ ਤਬ ਹੀ ਲਖਾ ਜੋ ਮਨ ਕੀ ਖਟਪਟੀ ਜਾਏ, ਮਨ ਅੰਦਰ ਜੋ ਵਿਕਾਰ ਚੱਲਦੇ ਨੇ ਇਹਨੂੰ ਰੋਕ ਲੈ, ਸਭ ਪਤਾ ਲੱਗ ਜਾਣ। ਦੋ ਗੱਲਾਂ 'ਚੋਂ ਨੇ ਗੱਲ ਕਹਿ ਲੈਣਾ, ਦੋ ਹੀ ਨੇ ਕਵੀਆਂ ਦੀਆਂ। ਅਤੇ ਕਲਗੀਧਰ ਪਾਤਸ਼ਾਹ ਜੀ ਦਾ ਮਨ ਬੜਾ ਸ਼ਾਂਤ ਸੀ, ਜਿਸ ਹੱਥ ਵਿੱਚ ਤਲਵਾਰ ਉਠਾ ਕੇ ਉਹਨਾਂ ਨੇ 14 ਲੜਾਈਆਂ ਲੜੀਆਂ ਨੇ ਨਾ, ਉਸੇ ਹੱਥ ਵਿੱਚ ਜਦੋਂ ਕਲਮ ਉਠਾਈ ਹੈ ਅਤੇ ਬਹੁਤ ਕਮਾਲ ਬਚਨ ਲਿਖੇ ਨੇ ਉਹਨਾਂ ਨੇ, ਬਹੁਤ ਕਮਾਲ ਦੇ, ਕਿਉਂਕਿ ਬਾਣੀ ਨਾਲ ਪਿਆਰ ਸੀ ਅਤੇ ਇਸ ਪਿਆਰ ਦੇ ਸਦਕੇ ਉਹਨਾਂ ਦੇ ਮਨ ਅੰਦਰ ਵੀ ਉਹ ਪਿਆਰ ਬਣਿਆ ਅਤੇ ਸਤਿਗੁਰ ਪਾਤਸ਼ਾਹ ਜੀ ਨੇ ਆਪ ਬੜੇ ਕਮਾਲ ਦੇ ਬਚਨ ਰਚ ਦਿੱਤੇ ਇਸ ਬਾਣੀ ਵਿੱਚੋਂ। ਕੁਝ ਸਿਧਾਂਤ ਐਸੇ ਉਹਨਾਂ ਦੇ ਜੀਵਨ ਵਿੱਚ ਆ ਗਏ ਔਰ ਸਾਨੂੰ ਐਸੇ ਐਸੇ ਬਚਨ ਦੇ ਗਏ ਕਿ ਸਾਡਾ ਰੋਜ਼ ਹੀ ਮਨ ਜੁੜ ਸਕਦਾ ਬਾਣੀ ਵਿੱਚ, ਪਰ ਅਸੀਂ ਕਦੇ ਨਿਤਨੇਮ ਵੱਲ ਧਿਆਨ ਨਹੀਂ ਦਿੱਤਾ। ਅਸੀਂ ਸਤਿਗੁਰ ਪਾਤਸ਼ਾਹ ਜੀ ਦੀਆਂ ਤਿੰਨ ਬਾਣੀਆਂ ਪੜ੍ਹਦੇ ਹਾਂ, ਤਿੰਨ ਨਿਤਨੇਮ ਵਿੱਚ ਉਹਨਾਂ ਦੀਆਂ ਤਿੰਨ ਬਾਣੀਆਂ ਨੇ, ਜੇ ਅਸਾਂ ਗੌਰ ਫਰਮਾਈਏ ਤੇ ਬਾ ਕਮਾਲ ਬਚਨ ਨੇ ਉਹਨਾਂ ਦੇ। 52 ਕਵੀ ਉਹਨਾਂ ਕੋਲ ਰਹਿੰਦੇ ਸਨ, ਮੈਂ ਅਰਜ਼ ਕਰ ਰਿਹਾ ਸਾਂ ਤੇ ਬਨਾਰਸ ਤੋਂ ਚੰਦਨ ਕਵੀ ਆਏ, ਉਹਨਾਂ ਦੇ ਮਨ ਵਿੱਚ ਵੀ ਸ਼ੌਂਕ ਆ ਗਿਆ, ਕਹਿੰਦੇ ਮਹਾਰਾਜ ਮੈਂ ਵੀ ਕੋਈ ਕਵਿਤਾ ਬਿਆਨ ਕਰਨੀ ਹੈ। ਕਹਿੰਦੇ ਠੀਕ ਹੈ ਕਰੋ। ਕਹਿੰਦੇ ਕਵਿਤਾ ਬਿਆਨ ਕਰਾਂਗਾ ਪਰ ਮੇਰੀ ਕਵਿਤਾ ਦੇ ਕੋਈ ਅਰਥ ਕਰੇ, ਥੋੜ੍ਹਾ ਜਿਹਾ ਹੰਕਾਰ ਇਹਨਾਂ ਨੂੰ ਆ ਗਿਆ। ਕਹਿੰਦੇ ਠੀਕ ਹੈ ਕੋਈ ਗੱਲ ਨਹੀਂ, ਅਸੀਂ ਫਿਰ ਇਸ ਤਰ੍ਹਾਂ ਕਰਦੇ ਹਾਂ, ਧੰਨਾ ਜੀ ਨੂੰ ਬੁਲਾਓ, ਘੋੜਿਆਂ ਦੀ ਅਸਤਬਲ ਵਿੱਚ ਲਿਖ ਚੁੱਕਣ ਦੀ ਸੇਵਾ ਕਰਦੇ ਸਨ, ਕਹਿੰਦੇ ਬੁਲਾਓ ਜਰਾ ਅਸਤਬਲ ਵਿੱਚੋਂ। ਕਹਿੰਦੇ ਮਹਾਰਾਜ ਕੋਈ ਕਵੀ ਨੂੰ ਬੁਲਾਓ, ਅਸਤਬਲ 'ਚੋਂ ਬੰਦੇ ਨੂੰ ਬੁਲਾ ਰਹੇ ਹੋ, ਮੇਰੀ ਕਵਿਤਾ ਦੇ ਕੀ ਅਰਥ ਕਰੇਗਾ। ਕਹਿੰਦੇ ਕਵਿਤਾ 'ਤੇ ਰਚੋ। ਦੇਖੋ ਜਿਨ੍ਹਾਂ ਨੇ ਬਾਣੀ ਸੁਣੀ ਉਹਨਾਂ ਦੇ ਮਨ ਅੰਦਰ ਕਿਤਨੀ ਕੋਈ ਇਕਾਗਰਤਾ, ਕਿੱਡਾ ਗਿਆਨ ਆ ਜਾਂਦਾ ਸੀ। ਆਏ ਧੰਨਾ ਜੀ, ਕਹਿੰਦੇ ਜੀ ਇਹ ਪੰਡਿਤ ਜੀ ਬੈਠੇ ਨੇ, ਤੁਸੀਂ ਆਪਣੀ ਕਵਿਤਾ ਪੜ੍ਹੋ, ਇਹ ਤੁਹਾਡੇ ਅਰਥ ਕਰਨਗੇ ਉਹਨੂੰ। ਚੰਦਨ ਕਵੀ, ਬਨਾਰਸ ਦੇ ਵਿਦਵਾਨ ਪੰਡਿਤ। ਕਹਿੰਦੇ ਠੀਕ ਹੈ ਜੀ ਮੈਂ ਕਵਿਤਾ ਪੜ੍ਹਦਾ। ਕਹਿੰਦੇ ਨਵਸਾਤ ਪੀਏ, ਨਵਸਾਤ ਪੀਏ, ਨਵਸਾਤ ਪੀਏ, ਨਵਸਾਤ ਪਿਆਏ, ਇੱਕੋ ਜਿਹਾ ਵਚਨ ਹੈ ਨਵਸਾਤ। ਤਾਂ ਭੇਦ ਵਿੱਚ ਆਮ ਬੰਦਾ ਤੇ ਐਵੇਂ ਸੋਚੀ ਪੈ ਜਾਏ ਵੀ ਇਹ ਕੀ ਲਿਖਿਆ ਹੋਇਆ, ਲੇਕਿਨ ਉਹ ਧੰਨਾ ਜੀ ਕਹਿਣ ਲੱਗੇ ਜੀ ਮਹਾਰਾਜ ਇਹ ਕਿਹੜਾ ਵੱਡੀ ਗੱਲ ਹੈ, ਨਵਸਾਤ ਦਾ ਮਤਲਬ 9 ਤੇ 7 16, ਨਵਸਾਤ ਤੀਏ, ਤੀਏ ਦਾ ਅਰਥ ਤ੍ਰਿਆ ਮਾਨੇ, ਔਰ 9 ਤੇ 7 16 ਔਰਤਾਂ, 16 ਉਹਨਾਂ ਦੇ ਪੀਏ ਯਾਨੀ ਪਤੀ, 16 ਉਹਨਾਂ ਦੇ ਪਤੀ, 16 ਉਹਨਾਂ ਨੇ ਕੀਤੇ ਸ਼ਿੰਗਾਰ, 16 ਰਸ ਬਣਾ ਕੇ ਆਪਣੇ ਪਤੀਆਂ ਨੂੰ ਦਿੱਤੇ, ਇਹ ਕਿਹੜਾ ਔਖੀ ਗੱਲ। ਨਵਸਾਤ ਪੀਏ, ਨਵਸਾਤ ਪੀਏ, ਨਵਸਾਤ ਕੀਏ, ਨਵਸਾਤ ਪਿਆਏ। ਪੰਡਿਤ ਜੀ ਹੈਰਾਨ ਵੀ ਲੈ, ਕਮਾਲ ਹੈ ਜੇ ਘੋੜਿਆਂ ਦੀ ਡੇਰੇ ਚੁੱਕ ਰਿਹਾ ਸੀ, ਇੰਨੀ ਔਖੀ ਕਵਿਤਾ ਦੇ ਅਰਥ ਇੱਕ ਮਿੰਟ 'ਚ ਕਰ ਦਿੱਤੇ। ਕਹਿੰਦੇ ਭਾਈ ਇਹ ਬਾਣੀ ਨਾਲ ਜੁੜੇ ਹੋਏ ਨੇ, ਦੁਨੀਆਂ ਦਾ ਹਰ ਭੇਦ ਬਾਣੀ 'ਚ, ਇਹਨਾਂ ਨੂੰ ਸਭ ਪਤਾ ਹੈ। ਕਹਿੰਦੇ ਮਹਾਰਾਜ ਮੇਰੇ ਕੋਲ ਗਲਤੀ ਹੋ ਗਈ। ਕਹਿੰਦਾ ਕਿਉਂ ਗਲਤੀ ਕਿਉਂ, ਤੂੰ ਵਾਰ ਕੀਤਾ ਹੁਣ ਵਾਰ ਬਰਦਾਸ਼ਤ ਕਰ, ਹੁਣ ਧੰਨਾ ਜੀ ਕਵਿਤਾ ਰਚਣਗੇ, ਤੂੰ ਅਰਥ ਕਰੀ।
ਇੱਦਾਂ ਥੋੜ੍ਹੀ ਹੈ ਤੂੰ ਐਵੇਂ ਚਲਾ ਜਾਏਗਾ। ਵੀ ਤੂੰ ਹੀ ਤਾਂ ਚੈਲੇਂਜ ਦਿੱਤਾ ਸੀ, ਹੁਣ ਚੈਲੇਂਜ ਸਰ ਬਰਾਬਰ ਹੋਵੇ ਨਾ ਟੱਕਰ ਪੂਰੀ। ਕਹਿੰਦੇ ਠੀਕ ਹੈ ਮਹਾਰਾਜ ਮੈਂ ਕੋਸ਼ਿਸ਼ ਕਰਾਂਗਾ। ਹਾਂ ਤੇ ਗਰੀਬ ਜਿਹਾ ਜਿਹੜਾ ਘੋੜਿਆਂ ਦੀ ਲਿੱਤ ਚੁੱਕਣ ਵਾਲਾ ਮੇਰੀ ਕਵਿਤਾ ਤੇ ਅਰਥ ਕਰ ਗਿਆ, ਉਹਦੀ ਹੁਣ ਕਵਿਤਾ ਦਾ ਮੈਂ ਕੀ ਕਰਾਂਗਾ। ਕਹਿੰਦੇ ਧੰਨਾ ਜੀ ਕਹਿਣ ਲੱਗੇ ਘਬਰਾਓ ਨਾ, ਤੁਸੀਂ ਅਰਥ ਨਹੀਂ ਕਰਨੇ, ਬਸ ਵਿਸ਼ਰਾਮ ਹੀ ਠੀਕ ਲਗਾ ਦੇਣਾ। ਉਹਨਾਂ ਬਚਨ ਐਸਾ ਪੜਿਆ, ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਹਰ ਪਾਵਕ ਪਾਏ, ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਕੇ ਆਏ, ਤੀ ਮਰੇ ਪਤ ਕੇ ਪਰਸੇ, ਕਬੂ ਨਾ ਮਰੇ ਪਰਦੇਸ ਸਿਧਾਏ। ਗੂੜ ਮੈਂ ਬਾਤ ਕਹੀ ਦਿਜਰਾਜ, ਵਿਚਾਰ ਸਕੈ ਨਾ ਬਿਨਾਂ ਚਿਤ ਲਾਏ। ਉਹ ਹੈਰਾਨ ਪੈ ਗਏ, ਕਹਿੰਦੇ ਮੀਨ ਮਰੇ ਜਲ ਕੇ ਪਰਸੇ, ਵੀ ਅਗਰ ਮੱਛੀ ਪਾਣੀ ਚ ਆ ਜਾ ਮਰ ਜਾਂਦੀ ਹੈ ਐਸਾ ਹੁੰਦਾ? ਤੇ ਹਾਥੀ ਮਰੇ ਮਦ ਕੇ ਪਰਸੇ, ਹਾਥੀ ਨੂੰ ਸ਼ਰਾਬ ਪਿਲਾਉਂਦੀ ਹੈ ਮਰਦਾ ਕਦੇ? ਬਿਲਕੁਲ ਨਹੀਂ। ਤੀ ਮਰੇ ਪਤ ਕੇ ਪਰਸੇ, ਪਤੀ ਘਰ ਆ ਜਾਏ ਤੇ ਕਦੇ ਔਰਤ ਮਰਦੀ ਹੈ? ਨਹੀਂ, ਉਹ ਤਾਂ ਮਰਦੀ ਪਰਦੇਸ਼ ਚਲਾ ਜਾਏ। ਹਾਥੀ ਤਾਂ ਮਰਦਾ ਤਨ ਦਾ ਤਾਪ ਆ ਜਾਏ, ਮੱਛੀ ਤਾਂ ਮਰਦੀ ਜਦੋਂ ਅੱਗ 'ਚ ਪਾ ਦਈਏ। ਲੇਕਿਨ ਉਹ ਉਲਟੀ ਗੱਲ ਲਿਖੀ ਉਹਨਾਂ, ਹੱਥ ਜੋੜ ਲਿਆ ਚੰਦਨ ਕਵੀ ਜੀ ਨੇ, ਕਹਿਣ ਲੱਗੇ ਧੰਨਾ ਜੀ ਤੁਸੀਂ ਬਾਣੀ ਦੇ ਪ੍ਰੇਮੀ ਹੋ, ਤੁਸੀਂ ਉਹ ਵਿਦਵਾਨ, ਕਿਉਂਕਿ ਜਿਹੜਾ ਬਾਣੀ ਪੜ੍ਹ ਲੈਂਦਾ ਉਹਨੂੰ ਅਗੰਮੀ ਗਿਆਨ ਪ੍ਰਾਪਤ ਹੋ ਜਾਂਦਾ, ਮੈਨੂੰ ਮਾਫ਼ ਕਰੋ ਪਰ ਇਹਦੇ ਹੁਣ ਦੱਸ ਦਿਓ ਵੀ ਕਰਨਾ। ਕਹਿੰਦੇ ਕੁਛ ਨਹੀਂ ਕਰਨਾ, ਇੱਧਰੋਂ ਵਿਸ਼ਰਾਮ ਚੁੱਕ ਕੇ ਇੱਧਰ ਲਗਾ ਦੇਣਾ, ਸਾਰੇ ਅਰਥ ਹੋ ਜਾਣਗੇ। ਕਹਿੰਦੇ ਕਿਵੇਂ? ਕਹਿੰਦੇ ਮੀਨ ਮਰੇ ਜਲ ਕੇ ਪਰਸੇ ਕਬੂ ਨਾ, ਮਰੇ ਧਰ ਪਾਵਕ ਪਾਏ, ਹਾਥੀ ਮਰੇ ਮਦ ਕੇ ਪਰਸੇ ਕਬੂ ਨਾ, ਮਰੇ ਤਨ ਤਾਪ ਕੇ ਆਏ, ਤੀ ਮਰੇ ਪਤ ਕੇ ਪਰਸੇ ਕਬੂ ਨਾ, ਮਰੇ ਪਰਦੇਸ ਸਿਧਾਏ, ਗੂੜ ਮੈਂ ਬਾਤ ਕਹੀ ਦਿਜਰਾਜ, ਵਿਚਾਰ ਸਕੈ ਨਾ ਬਿਨਾਂ ਚਿਤ ਲਾਏ। ਇਹ ਬਾਣੀ ਦੀ ਵਿਦਵਤਾ ਸੀ, ਬਾਣੀ ਦੀ ਮਹਾਨਤਾ। ਜਿਹਦੇ ਮਨ ਵਿੱਚ ਬਾਣੀ ਵੱਸ ਜਾਏ ਤੇ ਕਲਗੀਧਰ ਪਾਤਸ਼ਾਹ ਕੋਲ ਐਡੇ ਐਡੇ ਮਹਾਨ ਕਵੀ ਰਹਿੰਦੇ ਸਨ। ਤੇ ਚੰਦਨ ਕਵੀ ਜੀ ਕਈ ਦਿਨਾਂ ਤੱਕ ਰਹੇ। ਸਮਾਂ ਸਮਾਪਤ ਹੋ ਰਿਹਾ ਤੇ ਮੈਂ ਆਪਣੀ ਗੱਲ ਨੂੰ ਥੋੜ੍ਹਾ ਹੋਰ ਸੰਖੇਪ ਲੈ ਲਵਾਂ ਤੇ ਇਸ ਬਾਣੀ ਨਾਲ ਆਪਾਂ ਕਿਵੇਂ ਜੁੜ ਸਕਦੇ ਹਾਂ। ਉਹ ਚੰਦਨ ਕਵੀ ਦੇ ਮਨ ਵਿੱਚ ਨਾ ਬੜਾ ਵਿਚਾਰ ਆਇਆ, ਮਨਾ ਜਿਸ ਮਹਾਰਾਜ ਦੇ ਚਰਨਾਂ 'ਚ ਰਹਿਣ ਵਾਲੇ, ਘੋੜਿਆਂ ਦੀ ਲਿੱਤ ਚੁੱਕਣ ਵਾਲੇ ਇਤਨੇ ਮਹਾਨ ਕਵੀ, ਉਹ ਆਪ ਕਿਤਨੇ ਕਮਾਲ ਦੀ ਬਾਣੀ ਰਚਦੇ ਹੋਣਗੇ। ਇੱਕ ਦਿਨ ਨਾ ਉਹ ਚਰਨੀ ਟਹਿ ਪਿਆ, ਕਹਿੰਦੇ ਮਹਾਰਾਜ ਮੈਂ ਸਿਰ ਨਹੀਂ ਚੁੱਕਾਂਗਾ ਤੁਹਾਡੇ ਚਰਨਾਂ 'ਚੋਂ ਜਦ ਤੱਕ ਮੇਰੀ ਇੱਛਾ ਪੂਰੀ ਨਹੀਂ ਕਰੋਗੇ। ਕਹਿੰਦੇ ਮੈਂ ਵਿਦਵਾਨ ਬਨਾਰਸ ਦਾ, ਮੈਂ ਸਮਝਦਾ ਸਾਂ, ਮੈਂ ਹੀ ਬੜੇ ਕਮਾਲ ਕਮਾਲ ਦੀਆਂ ਕਵਿਤਾਵਾਂ ਰਚਦਾ, ਮੈਂ ਤੁਹਾਡੀ ਰਚਨਾ ਸੁਣਨੀ ਹੈ, ਤੁਹਾਡੀ ਰਚਨਾ ਸੁਣਨੀ ਹੈ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਬਈ ਅਸੀਂ ਤੇ ਵਜ਼ਦ ਵਿੱਚ ਹੁੰਦੇ ਹਾਂ ਕਦੀ? ਕਹਿਣ ਲੱਗੇ ਮਹਾਰਾਜ ਮੇਰੇ ਤੇ ਰਹਿਮਤ ਕਰਿਓ, ਗਰੀਬ ਨਿਵਾਜ, ਤੁਸੀਂ ਕਿਸੇ ਦੀ ਬੇਨਤੀ ਨੂੰ ਠੁਕਰਾਉਂਦੇ ਨਹੀਂ, ਮੇਰੇ ਮਨ ਦੀ ਇਹ ਰੀਝ ਪੂਰੀ ਕਰ ਦਿਓ। ਅਤੇ ਸਤਿਗੁਰ ਪਾਤਸ਼ਾਹ ਨੇ ਉਹਦੇ ਉੱਤੇ ਕਿਰਪਾ ਕੀਤੀ, ਸਤਿਗੁਰ ਸਾਹਿਬ ਨੇ ਉਹਨੂੰ ਰਚਨਾਵਾਂ ਸੁਣਾਈਆਂ। ਕਹਿੰਦੇ ਠੀਕ ਹੈ, ਫਿਰ ਬਾਣੀ ਦਾ ਜੋ ਪ੍ਰਭਾਵ ਹੈ ਨਾ ਉਹ ਸੁਣ। ਮਹਾਰਾਜ ਨੇ ਜੋ ਆਰੰਭਤਾ ਕੀਤੀ ਉਹਦੇ ਵਿੱਚ ਸਭ ਤੋਂ ਪਹਿਲਾਂ ਸਤਿਗੁਰ ਪਾਤਸ਼ਾਹ ਜੀ ਨੇ ਸੁਣਾਇਆ, ਕਿਉਂਕਿ ਬਾਣੀ ਨੂੰ ਅਗਰ ਇਸ ਰੂਪ ਵਿੱਚ ਆਪਾਂ ਪੜ੍ਹਾਂਗੇ ਜਾਂ ਸੁਣਾਂਗੇ ਤੇ ਆਪਣੇ ਆਪ ਹੀ ਮਨ ਦੇ ਅੰਦਰ ਲਗਨ ਪੈਦਾ ਹੋਏਗੀ। ਤੇ ਦੇਖੋ ਨਿਤਨੇਮ ਆਪਾਂ ਰੋਜ਼ਾਨਾ ਕਰਦੇ ਹਾਂ। ਕਲਗੀਧਰ ਪਾਤਸ਼ਾਹ ਜੀ ਦੀਆਂ ਤਿੰਨ ਬਾਣੀਆਂ ਉਹਦੇ ਸੁਣਦੇ ਹਾਂ ਤੇ ਉਹਨਾਂ ਬਾਣੀਆਂ ਵਿੱਚ ਹੀ ਦੇਖੋ ਪੜ੍ਹਨ ਦਾ ਜੋ ਰਸ ਹੈ ਨਾ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਹ ਤੰਗ ਸੁਰੰਗ ਸਵਾਰੇ, ਕੋਟ ਤੋਂ ਰੰਗ ਕੋ ਰੰਗ ਸੇ ਕੁਦਰਤ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭੋਜਾਨ ਕੇ ਭੂਪ ਭਲੀ, ਬੇਦਨ ਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਬਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਇਹ ਸਵਈਆ, ਇਹਨੂੰ ਅਗਰ ਇਸ ਰੂਪ ਵਿੱਚ ਪੜਿਆ ਜਾਏ ਤੇ ਇਹ ਸਵਈਏ ਦੀ ਅਸਲ ਚਾਲ ਹੈ, ਫਿਰ ਕਿਉਂ ਨਹੀਂ ਮਨ ਬਣੇਗਾ ਕਿ ਅਰਦਾਸ ਕਰੀ ਪ੍ਰਭ ਆਪਣੇ ਆਗੈ, ਸੁਣ ਸੁਣ ਜੀਵਾਂ ਤੇਰੀ ਬਾਣੀ। ਮਨ ਬਣੇਗਾ ਅਗਰ ਬਾਣੀ ਨੂੰ ਉਸ ਰੂਪ ਵਿੱਚ ਪੜ੍ਹੀਏ। ਆਪਾਂ ਬਾਣੀ ਨੂੰ ਸਮਝ ਲਿਆ, ਲੋਕ ਜਾਣੈ ਇਹ ਗੀਤ ਹੈ, ਸੰਸਾਰ ਨੇ ਕੇਵਲ ਇਹਨੂੰ ਗੀਤ ਜਾਣ ਲਿਆ, ਲੇਕਿਨ ਇਹ ਤੋਂ ਬ੍ਰਹਮ ਵਿਚਾਰ, ਇਹਦੇ ਅਰਥ ਭਾਵ ਨੂੰ ਕਦੇ ਕਿਤੇ ਕੋਈ ਜਾਣਦਾ ਤੇ ਫਿਰ ਇਹਦਾ ਜੋ ਅਸਲ ਆਨੰਦ ਸੀ ਉਹ ਪ੍ਰਾਪਤ ਹੋ ਸਕਦਾ ਸੀ। ਸਤਿਗੁਰ ਪਾਤਸ਼ਾਹ ਜੀ ਦੇ ਸਾਹਮਣੇ ਉਹਨੇ ਹੱਥ ਜੋੜੇ, ਮਹਾਰਾਜ ਹੋਰ ਕਿਰਪਾ ਕਰੋ। ਤੇ ਸਤਿਗੁਰ ਸਾਹਿਬ ਨੇ ਸੁਣਾਇਆ, ਫਿਰ ਕਰੁਣਾ ਲੈ ਹੈ ਅਰ ਕਾਲਿਆ ਹੈ, ਕਲ ਖੰਡਨ ਹੈ ਮਹਿ ਮੰਡਨ ਹੈ, ਜਗਤੇਸ਼ਵਰ ਹੈ ਪਰਮੇਸ਼ਵਰ ਹੈ। ਮਹਾਰਾਜ ਨੇ ਇਹ ਵੀ ਬਚਨ ਸੁਣਾਇਆ ਤੇ ਇਹ ਹਰ ਬੋਲ ਮਨਾ ਛੰਦ ਹੈ। ਛੰਦ ਦਾ ਨਾਮ ਦੇਖੋ, ਹਰ ਬੋਲ ਮਨਾ ਛੰਦ।
अगर सुनिया जाए उसे रूप विच ते मन अपने आप ही हरी नूं बोलेगा, परमात्मा दे नाल जुड़ जाएगा। ते एक होर बड़ा प्यारा छंद सतगुर पातशाह ने उन्हें सुनाया जिहदा नाम ही सी रूआल छंद। रूह आल, आल कहिंदे ने तल, रूह दे अंदर तक जिहड़ा उतर जाए वह छंद। पर प्यारे असी कदे बाणी नूं जाणिया ही नहीं, असी उस प्यार नाल इहनूं सुणिया ही नहीं। असी सोचने ठीक है आडियो लगा दिओ ते सुणदे रहो नाले काम करी जाओ, नहीं। मन एकाग्र करके ध्यान पूर्वक हो के चौंकड़ा मार के नेत्र बंद करके जदों किते किते बाणी विच मन पूरी तरह जोड़ लईए और इस तरह जे किते सुणिया जावे आद रूप अराद मूरत अजोन पुरख अपार सर्व मान त्रमान देव अभेव आदि उदार सर्व पालक सर्व कालक सर्व कोपन काल जत्र तत्र विराज ही अवतूत रूप रसाल। ये रुआल छंद है। मेरे पिताजी जो कुछ समय आनंदपुर साहब सेवा निभा रहे सन ते इहो जिहड़ा 92 विच कांड होया उस तो बाद वो अपना वापस पिंड आ गए। उन्होंने ये मैनू कुछ कुछ छंद जिहड़े ने पढ़ने सिखाए ने। पुराने बुजुर्गवार जिहड़े ने ना वो अज भी जानते हैं कि बाणी नूं किस रूप में पढ़िया जाता सी, किस रूप में गाया जाता सी, ते जदों इस रूप में नितनेम हुंदा सी अपने आप ही मन बनता सी अरदास करी प्रभु अपने आगे सुन सुन जीवा तेरी बाणी। महाराज ने आप बाणी नूं दित्ता ही उस रूप में है, एवें नहीं एक एक शब्द सुन के कईयां दी जिंदगी पलटी है। कलगीधर पातशाह जी ने आप अपने जीवन काल अंदर ये जो बाणी है ना एक एक काव्य रचना रूप में है, ते एक एक लफ्ज जिहड़ा ना इसका प्रभावशाली होंदा। कई बार तो बचन ही ऐसे क्योंकि आम दुनियावी कवि का भी कितने बोल सुन लो ना तुसीं ते वो भी प्रभावशाली रहिंदा कई दफा, उहदे बोल भी बड़ा असर करते हैं। ये है ही फिर जैसी मैं आवै खसम की बाणी तैसड़ा करी ज्ञान भी लालो। एक दुनियावी कवि होए ने तुसीं उन्होंने बचन मैं पढ़न लगा वा ते वह सहज में लिखे कलगीधर पातशाह जी ने सिंघां सूरियां की वड्याई में ने, तो उन्होंने सीन ऐसा खिंचया जो आनंदपुर साहब विखे सिंह तैयारी करते सन जंग की, तो घोड़े काठियां पाने तलवारां तिखियां करनियां, तो उस समय का वाक्या लिखते हैं। पर लफ्जा इस तरीके परोया उन्होंने कि अत मुदत कपाली किलकत काली अर्थ सहाली चमक चली बहखल बल माचै पलचल नाचै रंचक जाचै रखत रली डगमग भूकंपै रव नव छंपै रिपकर संपै रुदत खली निरखत सोच गिज भाचै जब तर साचै सिंह बली। ये हुण पढ़िया मैं उस रूप में जिवें आम तौर पर कोई भी व्यक्ति पढ़े, पर इहदा जो प्रभाव है बचन कदों असर करते हैं, बाणी कदों असर करती है जदों उसनू उसे रूप में पढ़िया जाए। तो ये पढ़न का तरीका अतमुदल कपाली किलकत काली अर्ध सहाली झमक चली बौखल बल माचै पल चरना चै रंशक जाचै रक्त लड़ी डगमग भूकंपै रव नव चंपै रिप कर संपै रुदत खली निरखत सुर नाचै बिच गिज भाचै जब दल साचै सिंह बली। चित्रपदा छंद रूप में कई बार आता होर भी कई ये नाम ने। असल में बाणी अंदर एक रस है। मैं शुरुआत में बचन पढ़िया अमृत बाणी हर हर तेरी, तो इस बाणी असी अगर उस रूप में जाणीए ज्यों ज्यों साढ़े मन के अंदर की लगन बनेगी तो फिर असी जो इस जिंदगी तो भी उपर जाणांगे तो यदा एक प्रभाव होर साढ़े सामने आएगा कि वाह वाह बाणी निरंकार है जेवड़ पवर ना कोई। ये इतनी महान है इसलिए पूरे महीने आप जी ने इस शब्द नू थीम बनाया है कि सुन सुन जीवा तेरी बाणी। अर्थ भाव समझ के उहदे असल रूप में जे किते प्यारे बाणी दे नाल जुड़ोगे तो इहदे च बड़ा आनंद है, इस बाणी में बड़ा रस है, इस बाणी में बड़ा प्यार है। केवल लोड़ यह है कि असी इनू उस रूप में अपनाइए, असी इसनू उस रूप में पढ़िए जो महाराज ने जिस रूप में सानू बख्शिश की है। गुरु कृपा करे कि असी सारे इस बाणी के नाल
उसे एकाग्रता उसे प्यार उसे श्रद्धा के नाल जुड़िए जो श्रद्धा प्यार कलगीधर पातशाह जी ने सरसा नदी के किनारे आसा की वार के उस दीवान में जो प्यार दिखाया उतनी शिद्दत उतने प्यार उतने ही सत्कार के नाल कि साढ़े मन में कित बाणी वसे तो फिर असी भी इस बाणी के नाल कोई प्यार पा सकते हाँ क्योंकि इस बाणी का जो विशेष प्रभाव है वह तो पढ़ के ही आएगा लेकिन एक उस अवस्था को देखते हैं जब तक कि बाणी साढ़े दिलों में उतरेगी नहीं जब तक इस बाणी के भाव अर्थ नहीं पता होंगे जब तक इस बाणी नाल एक प्यार नहीं बनेगा उदों तक इहदा प्रभाव महसूस नहीं कर सकांगे इसलिए कोशिश करनी है हौली हौली सही लेकिन रोजाना आप इस बाणी नाल जुड़िए ताकि साढ़े जीवन में भी कलगीधर पातशाह सच्चे पिता गुरु गोबिंद सिंह महाराज जो अपने मन अंदर बाणी प्रति प्यार रखते हैं वो प्यार साढ़े सारिया के मन में ही बाणी प्रति पैदा हो सके गुरु कृपा करे कलगीधर साहब ने आप जो सानू सिख्यावां बख्शियां ने अमृत की दात खंडे बाटे की पौल छकीए तो फिर अपने आप ही एक फाउंडेशन लग जाएगी भी मैं नितनेम करना ही करना है तो जदों फाउंडेशन लग जाएगी भी हाँ नितनेम होना ही होना है फिर इंसान अपने आप बाणी नाल जुड़ेगा यह पहला उपराला है क्योंकि प्रथम रहती है जान खंडे की पावन छके गुरु कृपा करे आप सारे ही सतगुर पातशाह जी ने इस पहले हुक्म नूं मनते हुए बाणी दे नाल जुड़िए ताकि साडा जीवन ऐसा बने यह लोग सुखीए पर लोग सुहेले नानक हर प्रभ आपे वेले आप समूह साध संगत का बहुत बहुत धन्यवाद मलेशिया गुरुद्वारा कौंसल अते सिख नौजवान सभा जिन्हां ने आप समूह साध संगत के दर्शन करन दा दास नूं सुपाल अते आपकी सेवा करन दा मौका बख्शिया है कोटान कोट धन्यवाद इसलिए आपां कोशिश करनी है कि इसे तरह निरंतरता लियाइए अपने नितनेम विच निरंतरता लियाइए गुरबाणी सुनन दे विच ताकि पूरा लाभ इस तों प्राप्त किया जा सके अहियां विचारां प्रवान भुलां चुकां दी खिमा पते बुलाओ वाहिगुरु जी का खालसा वाहिगुरु जी की फतेह पिछले दिन मैं वेख रहा यूट्यूब के पंजाब के हालात काफी खराब हो गए और जिसका कारण वह अपने भाई जिंदा शहीद बलवंत सिंह राजवाना जी को फांसी के ऑर्डर दे दिए गए हैं तो इस करके समाजों के प्रोटेस्ट हो रहा है ठीक है प्रोटेस्ट चल रहा है सब कुछ ठीक चल रहा है पीसफुल प्रोटेस्ट हो रहा है बट कल की न्यूज़ के देखिए एकदम के बड़ा दुख है मेरे कल की न्यूज़ देख के जिते दो जिते कुछ स्कूल के स्टूडेंट्स पीसफुल प्रोटेस्ट कर रहे थे उत्थे आके शिवसेना वाले ने उन्होंने खिलाफ नारे लगाए उन्होंने उन्होंने चढ़ने प्रमोक किया तो उस तो बाद उन्होंने पुलिस के नाम मिलकर उन्होंने फायरिंग की जिस दे विच के दो सफाई पेश की है इन्हें बिल्कुल अपने रूप में सही आख्या क्योंकि हिंदुइज्म और शिवसेना दो अलग अलग चीज़ा ने तुम वेखना जितने भी शिव सैनिक ने सारे महाराष्ट्र तो ने महाराष्ट्र तो होने के नाते मराठा ने तो मराठे कदे भी हिंदुस्तान नाम कबूल नहीं करते वो महाराष्ट्र मनते अपना वक्रा राष्ट्र मनते अपनी वक्री भाषा उत्थे हुण हिंदी किसी को बोलन भी नहीं देते इतने वक्रे ने दूसरा रामकृष्ण की पूजा नहीं करते ये शिवाजी उन्होंने और उस तो पिछले होर महादेव जी की पूजा करते हैं शिवजी महाराज की रामकृष्ण जी की नहीं हिंदुइज्म एक वक्रा पार्ट है आर्य समाज उस तो यह थोड़ा जहा बिलोंग करते हैं उस पास्यों की आते हैं इन्हों की विचारधारा बिल्कुल वक्री है बिल्कुल पुरातन तरीके दे नाल इन्हां दा इस संसारक तरीके विच जिस तरह आम तौर पर हिंदुइज्म विच हुंदा है उन्हां चीज़ां नाल इहदा वास्ता नहीं तो उस चीज़ नूं लैके इन्हां दी नफरत जिहड़ी है वह सिखां दे नाल क्यों है ये तो रब करके उही जानण वी आखर क्यों कर उन्हां दे मन विच इह चीज़ बणी है तो इस रूप में चाहते हैं कि इस तरीके जिहड़े हिंदू ने सिख ने दोबारा फिर लड़न आपस दे विच ते थोड़ी बहुत जो पिछले 25-30 सालों तों तरक्की हुई है ये फिर इस तरह आपस में खत्म होण तो यह साजिशा होंदिया ने पोलीटिकली तौर के उत्ते क्योंकि बहुत छोटी जी पार्टी है इन्हों की शिवसेना उत्थे महाराष्ट्र के NCP नाल मिलकर गौरमेंट बनाते हैं बाकी हुण कोई इन्हों का चारा चलता नहीं है तो सोचते हैं चल किसी ना किसी तरह असं हाईलाइट होंदे रहीए तो एक मुद्दा मिल के एवें बच्चे आ गया सो खैर एक वक्रापन है असी किसी प्रकार की किसी विशेष व्यक्ति नाल खासकर जो हिंदुइज्म समझिए कि हिंदू खिलाफ ने साडे वो चीज़ नहीं शिव सैनिक ने केवल महाराष्ट्र के जोड़े कुछ लोग हैं उही इस विरोधता विचार है बस यही विचार आप सामने रखने से आप हूँ आओ आनंद साहब का पाठ सारे करिए राम कले महला तीजा आनंद एक ओंकार
सतगुर प्रसाद आनंद पाया मेरी माए सतगुरु मैं पाया सतगुर तां पाया सहज सेती मन वचियां वधाइयां राग रतन परवार परियां शब्द गावण आईयां शब्दो ता गाव हरि केरा मन जनी वसाया कह नानक आनंद होआ सतगुरु मैं पाया हे मन मेरिया तू सदा रौ हर नाले हर नाल रौ तू मन मेरे दुख सब विसारणा अंगीकार करे तेरा कर सब सवारणा सबना गल्ला सम्राट स्वामी सो क्यों मनो विसारे कह नानक मन मेरे सदा रौ हर नाले साचे साहेबा क्या नाही घर तेरा घर ता तेरा सब कुछ है जिसने सुपावे सदा सिर सलाह तेरी नाम मन वसावे नाम जिनकै मन वसिया वाजे शब्द कनेरे कह नानक सच्चे साहिब क्या नाही घर तेरा साचा नाम मेरा आधारो साच नाम आधार मेरा जिन भुखा सब गवाईया कर शांत सुख मनाए वसिया जनेशां सब पुजाईया सदा कुर्बान कीता गुरु विटो जिस दियां ए वडियाईया कह नानक सुनो संतो शब्द धरो प्यारो साचा नाम मेरा आधारो वाजे पंच शब्द घर सभागै शब्द वाजे कला जित करतारिया पंच दो तुदवास कीते काल कंट कुमारिया तुर कर पाया तुद जिन को से नाम हर कै लागे कह नानक तैं सुख होआ तित घर अनहद वाजे आनंद सुनो वडभागी हो सगल मनोरथ पूरे पार प्रभु पाया उतरे सगल विसूरे दुख रोग संताप उतरे सुनी सच्ची बाणी संत साजन भय सरसे पूरे गुर ते जानी सुनते पुनीत कहते पवित सतगुर रहिया हर पूरे बिनवंत नानक गुर चरण लागे वाचे अनहद तूरे श्लोक पवन गुरु पाणी माता धरत महत दिवस रात दोए दाई दाया खेलै सगल जगत चंगियाईया बुरियाईया वाचे धर्म हलूर करमी आपो अपनी के नेड़ के दूर जिनी नाम ते आया गए मशक्कत काल नानक ते मुख उजले केती छुटी नाल जिनी नाम ते आया गए मशक्कत काल नानक ते मुख उजले केती छुटी नाल वाहिगुरु जी का खालसा वाहिगुरु जी की फतेह।